ਵਾਈਗੁਰ ਜੀ ਦੀ ਫਤਿਹ ਮੈਂ ਤੁਹਾਡੀ ਹਸਤੀ ਕਰ ਨੀਸ ਟੀਵੀ 84 ਦਾ ਨਾਵੀਅਰ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਵਿੱਚ ਆਮ ਕਰਕੇ ਅਤੇ ਪੰਜਾਬ ਵਿੱਚ ਖਾਸ ਕਰਕੇ ਕੁਝ ਐਸੇ ਮੁੱਦੇ ਹਨ ਜਿਹੜੇ ਆਮ ਸ਼ਹਿਰੀ ਨੂੰ ਪ੍ਰਭਾਵਿਤ ਕਰਦੇ ਹਨ ਕਿਸੇ ਵੀ ਸਰਕਾਰ ਜਾਂ ਐਡਮਿਨਿਸਟ੍ਰੇਸ਼ਨ ਦਾ ਫਰਜ਼ ਹੁੰਦਾ ਹੈ ਕਿ ਉਹ ਸੰਵਿਧਾਨ ਵਿੱਚ ਦਿੱਤੇ ਲੋਕਾਂ ਦੇ ਮੁੱਢਲੇ ਅਧਿਕਾਰਾਂ ਦੀ ਰੱਖਿਆ ਕਰੇ ਅਤੇ ਲੋਕਾਂ ਨੂੰ ਸੁਰੱਖਿਆ ਸਿਹਤ ਜਾਬੀ ਇੰਪਲੋਇਮੈਂਟ ਅਤੇ ਹੋਰ ਮੰਡਲੀਆਂ ਸਹੂਲਤਾਂ ਪ੍ਰਦਾਨ ਕਰੇ ਪਰ ਮੁੱਖ ਤੌਰ ਤੇ ਜੋ ਅੱਜ ਕੱਲ ਪਾਰਤ ਵਿੱਚ ਤੇ ਪੰਜਾਬ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਉਹ ਕਾਫੀ ਪਰੇਸ਼ਾਨ ਕਰਨ ਵਾਲਾ ਹੈ ਲਗਾਤਾਰ ਹੋ ਰਹੀ ਅਪਰਾਧ ਬਲਤਕਾਰਾਂ ਦੇ ਕੇਸਿਸ ਅਤੇ ਪੰਜਾਬ ਵਿੱਚ ਖਾਸ ਤੌਰ ਤੇ ਡਰੱਗਸ ਦਾ ਬੋਲਬਾਲਾ ਹਰ ਇਮਾਨਦਾਰ ਪੰਜਾਬੀ ਲਈ ਫਿਕਰ ਦਾ ਕਾਰਨ ਹੈ ਪੰਜਾਬ ਵਿੱਚ ਡਰੱਗਸ ਦੀ ਸਪਲਾਈ ਦੇ ਸਿਲਸਲੇ ਵਿੱਚ ਅੱਜ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋ ਰਹੀ ਹੈ ਇਸ ਸਬੰਧੀ ਸ਼ਸ਼ੀਕਾਂਤ ਸਾਖਾ ਦਾ ਡੀਜੀਪੀ ਪ੍ਰੈਜ਼ੈਂਸ ਨਾਲ ਵੀ ਗੱਲਬਾਤ ਕਰ ਚੁੱਕੇ ਹਾਂ ਅੱਜ ਅਸੀਂ ਇਸ ਵਿਸ਼ੇ ਤੇ ਹੀ ਐਡਵੋਕੇਟ ਨਵਕਿਰਨ ਸਿੰਘ ਲੋਅਰਸ ਫॉर ਹਿਊਮਨ ਰਾਈਟਸ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇਹ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਲੜਿਆ ਹੈ ਸਤਿਕਾਰ ਨਵਕਿਰਨ ਸਿੰਘ ਨਾਲ ਅਸੀਂ ਹੋਰ ਸਬੰਧਿਤ ਵਿਸ਼ਿਆਂ ਤੇ ਵੀ ਗੱਲਬਾਤ ਕਰਾਂਗੇ ਤੇ ਸਾਣਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਇੰਡੀਆ ਚੰਡੀਗੜ੍ਹ ਤੋਂ ਨਵਕਿਰਨ ਸਿੰਘ ਜੀ ਵੀਰ ਜੀ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਵੀਰ ਜੀ ਤੁਹਾਡੇ ਸਾਡੇ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਵੀਰ ਜੀ ਸਭ ਤੋਂ ਪਹਿਲਾਂ ਇਹ ਸਿੱਖਣਾ ਚਾਹਵਾਂਗੇ ਕਿ ਪੰਜਾਬ ਵਿੱਚ ਡਰੱਗਜ਼ ਡਿਸਟ੍ਰੀਬਿਊਸ਼ਨ ਐਂਡ ਮੈਨੂਫੈਕਚਰਿੰਗ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ ਇਸ ਬਾਰੇ ਜਰਾ ਵਿਰਵੇ ਦੇ ਨਾਲ ਸਾਡੀ ਸਖ ਸੰਗਤਾਂ ਨੂੰ ਦੱਸੋ